ਜਿੱਥੇ ਇੱਕ ਪਾਸੇ ਸਾਰੀਆਂ ਰਾਜਨੀਤਿਕ ਪਾਰਟੀਆਂ ਜ਼ੋਰਾਂ ਸ਼ੋਰਾਂ ਨਾਲ ਜਲੰਧਰ ਦੀ ਜਿਮਨੀ ਚੋਣ ਦੇ ਵਿੱਚ ਰੁੱਝੀਆਂ ਹੋਈਆਂ ਨੇ, ਉੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ। ਉਹਨਾਂ ਦੀ ਅਪੀਲ ਹੈ ਕਿ ਕਿਸੇ ਵੀ ਪਾਰਟੀ ਨੂੰ ਵੋਟ ਪਾ ਦਵੋ, ਪਰ ਆਮ ਆਦਮੀ ਪਾਰਟੀ ਨੂੰ ਨਹੀਂ, ਬਾਕੀ ਜਿਸ ਨੂੰ ਮਰਜ਼ੀ ਪਾਓ। ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਨੂੰ ਆਪਾਂ ਦੁਬਾਰੇ ਮੌਕਾ ਦੇਈਏ। ਜਿਹੜਾ ਆਪਾਂ ਗੁੱਸੇ ਦੇ ਵਿੱਚ ਪਹਿਲਾਂ ਗੁੱਲੀ ਡੰਡਾ ਬੀਜ ਬੈਠੇ, ਅਤੇ ਐਤਕੀ ਇਹਨੂੰ ਆਪਾਂ ਸਾਫ਼ ਕਰ ਦਈਏ ਤਾਂ ਜੋ ਇਹ ਬਹਿ ਕੇ ਮੰਥਨ ਕਰਨ ਵੀ ਅਸੀਂ ਪੰਜਾਬ ਦੇ ਲੋਕਾਂ ਨਾਲ ਜੋ ਗੱਲ ਕਰੀ ਸੀ। ਸਿੱਧੂ ਮੂਸੇਵਾਲੇ ਦਾ ਕਤਲ ਪਿਛਲੇ ਸਾਲ 29 ਮਈ ਨੂੰ ਹੋਇਆ ਸੀ, ਜਦੋਂ ਉਹਨਾਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ। ਮਾਮਲੇ ਦੇ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ, ਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਦਾਅਵਾ ਹੈ ਕਿ ਅਸਲ ਕਾਤਲ ਅਜੇ ਵੀ ਨਹੀਂ ਫੜੇ ਗਏ। ਸਿੱਧੂ ਮੂਸੇਵਾਲੇ ਨੇ ਪਿਛਲੇ ਸਾਲ ਕਾਂਗਰਸ ਦੀ ਟਿਕਟ ਤੋਂ ਮਾਨਸਾ ਤੋਂ ਵਿਧਾਨ ਸਭਾ ਚੋਣ ਲੜੀ ਸੀ, ਪਰ ਉਹ ਹਾਰ ਗਏ ਸੀ। ਜਦੋਂ ਇਸ ਸੰਬੰਧੀ ਬਲਕੌਰ ਸਿੰਘ ਤੋਂ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਨਾਲ ਉਹ ਕੀ ਹਾਸਲ ਕਰਨਾ ਚਾਹੁੰਦੇ ਨੇ, ਸਰਕਾਰ ਦੇ ਵਤੀਰੇ ਤੋਂ ਬਿਲਕੁਲ ਅੱਕਿਆ ਪਿਆ, ਤਾਂ ਮੈਂ ਹਰੇਕ ਨੂੰ ਇਹੋ ਬੇਨਤੀ ਕਰਦਾ ਵੀ ਤੁਹਾਡੇ ਕੋਲ ਕਾਫੀ ਕਾਬਲ ਕੈਂਡੀਡੇਟ ਹੈਗੇ ਨੇ ਸਾਰੀਆਂ ਪਾਰਟੀਆਂ ਦੇ, ਤੁਹਾਨੂੰ ਜਿਹੜਾ ਵੀ ਚੰਗਾ ਲੱਗਦਾ। ਮੈਂ ਕਿਸੇ ਵਿਸ਼ੇਸ਼ ਵਿਅਕਤੀ ਦਾ ਨਾਮ ਨਹੀਂ ਲਿਆ, ਇੱਕ ਵੀ ਸਪੀਚ ਦੇ ਵਿੱਚ ਨਾ ਲੈਣਾ। ਤੁਹਾਨੂੰ ਜੋ ਵੀ ਚੰਗਾ ਲੱਗਦਾ ਉਹਨੂੰ ਚੁਣ ਸਕਦੇ ਹੋ, ਅਵੋਇਡ ਕਰੋ ਝਾੜੂ ਪਾਰਟੀ। ਮੇਰਾ ਕੋਸ਼ਿਸ਼ ਹੈ ਸਰਕਾਰ ਦਾ ਵਿਰੋਧ ਕਰਨਾ, ਮੇਰੇ ਕੋਲ ਜੋ ਜਿੰਨੀ ਕੁ ਮੇਰੀ ਹਿੰਮਤ ਹੈ, ਜਿੰਨੀ ਕੁ ਮੇਰੀ ਔਕਾਤ ਹੈ, ਮੈਂ ਵਿਰੋਧ ਕਰਨਾ, ਮੈਂ ਆਪਣੀ ਪੂਰੀ ਵਾਹ ਲਾ ਦੂੰਗਾ। ਬਲਕੌਰ ਸਿੰਘ ਦਾ ਕਾਫਲਾ ਸਾਰੇ ਹਲਕੇ ਦੇ ਵਿੱਚ ਘੁੰਮਦਾ, ਜਗ੍ਹਾ ਜਗ੍ਹਾ ਤੇ ਰੁਕ ਕੇ ਉਹ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ। ਲੋਕ ਵੀ ਉਹਨਾਂ ਦੀ ਗੱਲ ਧਿਆਨ ਦੇ ਨਾਲ ਸੁਣਦੇ ਨਜ਼ਰ ਆ ਰਹੇ ਨੇ। ਸਿੱਧੂ ਮੂਸੇਵਾਲਾ ਜੀ ਆਪਣਾ ਭਰਾ ਆ ਜੀ, ਆਪਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਠੀਕ ਹੈ ਜੀ, ਜਿੰਨਾ ਉਹਨਾਂ ਦੇ ਮਾਪੇ ਨੂੰ ਦੁੱਖ ਆ ਉਨਾ ਹੀ ਆਪਾਂ ਨੂੰ ਆ। ਸਿੱਧੂ ਮੂਸੇਵਾਲਾ ਜਿਹੜਾ ਹੋਇਆ ਬਹੁਤ ਮਾੜਾ ਹੋਇਆ ਵਾ, ਇਕੱਲਾ ਇਕੱਲਾ ਜਿਹਨਾਂ ਦਾ ਪੁੱਤ ਮਰ ਜੇ ਉਹ ਤਾਂ ਆਪ ਮਰ ਗਏ ਵਿਚਾਰੇ, ਉਹ ਕੀ ਪੁੱਤ ਕੀ ਮਰੇ ਆਪ ਮਰ ਗਏ ਵਿਚਾਰੇ, ਉਹਨਾਂ ਦੀ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਹੈਗੀ ਵਿਚਾਰਿਆਂ ਦੀ। ਨਹੀਂ, ਚੰਗੀ ਗੱਲ ਹੈ ਜੀ, ਆਪਣੀ ਬਾਕੀ ਮਰਜ਼ੀ ਕਰਨ, ਨਹੀਂ ਪਾਣੀ ਤਾਂ ਲੋਟਾ ਦੱਬ ਦੇਣ, ਉਸ 'ਚ ਕੋਈ ਦਿੱਕਤ ਨਹੀਂ ਗੀ, ਪਰ ਉਸ ਜ਼ਿਆਦਾ ਇਹਨਾਂ ਨੂੰ ਹੱਲ ਹੋਇਆ ਨਹੀਂ, ਹੱਲ ਹੋਣਾ ਚਾਹੀਦਾ ਇਹਨਾਂ ਦਾ। ਹੁਣ ਸਵਾਲ ਇਹ ਹੈ ਕਿ ਸਿੱਧੂ ਮੂਸੇਵਾਲਾ ਦਾ ਪ੍ਰਚਾਰ ਆਮ ਆਦਮੀ ਪਾਰਟੀ ਨੂੰ ਕੋਈ ਨੁਕਸਾਨ ਪਹੁੰਚਾਏਗਾ, ਇਹ ਤਾਂ ਕੁਝ ਦਿਨਾਂ ਦੇ ਵਿੱਚ ਸਾਹਮਣੇ ਆ ਹੀ ਜਾਏਗਾ, ਪਰੰਤੂ ਇਸ ਖਬਰ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਜਲੰਧਰ ਤੋਂ ਸਪੈਸ਼ਲ ਰਿਪੋਰਟ, NC7 ਨਿਊਜ਼।